ਡਾਕਟਰ ਏਵੀਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸਾ ਨਗਰੀ ਵਿਖੇ ਕ੍ਰਿਸਮਸ ਦਾ ਤਿਉਹਾਰ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਕੈਂਪਸ ਨੂੰ ਗੁਬਾਰਿਆਂ, ਲਟਕਣ, ਸੈਂਟਾ ਕਲਾਜ਼ ਅਤੇ ਸੈਂਟਾ ਦੇ ਚਿੱਤਰਾਂ ਦੁਆਰਾ ਸਜਾਇਆ ਗਿਆ, ਜਿਸ ਨਾਲ ਸਾਰੇ ਪਾਸੇ ਖੁਸ਼ੀ ਦਾ ਮਾਹੌਲ ਛਾਇਆ ਹੋਇਆ ਸੀ। ਨੰਨੇ ਮੁੰਨੇ ਬੱਚੇ ਰੰਗ ਬਿਰੰਗੇ ਕੱਪੜਿਆਂ ਵਿੱਚ ਸਭ ਨੂੰ ਆਕਰਸ਼ਿਤ ਕਰ ਰਹੇ ਸਨ। ਸਕੂਲ ਦੇ ਡਾਇਰੈਕਟਰ ਸ਼੍ਰੀ ਰਜੀਵ ਕੁਮਾਰ ਲਵਲੀ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਬੱਚਿਆਂ ਦੀ ਕਾਰਜ ਕੁਸ਼ਲਤਾ ਵਿੱਚ ਵਾਧਾ ਕਰਦੇ ਹਨ। ਸਕੂਲ ਦੀ ਅਧਿਆਪਕਾ ਨੇ ਸਾਰਿਆਂ ਨੂੰ ਕ੍ਰਿਸਮਸ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਕ੍ਰਿਸਮਸ ਦਾ ਤਿਉਹਾਰ ਸਾਡੇ ਵਿੱਚ ਤਿਆਗ ਅਤੇ ਵਿਸ਼ਵਾਸ ਦੀ ਭਾਵਨਾ ਪੈਦਾ ਕਰਦਾ ਹੈ। ਹਾਂਜੀ, ਮੇਰਾ ਨਾਮ ਅਮਿਤਾ ਰਾਜਨ ਹੈ ਔਰ ਅੱਜ ਹਮਨੇ ਡਾਕਟਰ ਏਵੀਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੇ ਬੜੇ ਧੂਮਧਾਮ ਕੇ ਸਾਥ ਮੇ ਪੂਰੇ ਸਟਾਫ ਨੇ ਔਰ ਹਮਾਰੇ ਬੱਚੋਂ ਨੇ ਮਿਲ ਕਰਕੇ ਕ੍ਰਿਸਮਸ ਕਾ ਫੈਸਟੀਵਲ ਸੈਲੀਬ੍ਰੇਟ ਕੀਆ ਹੈ ਔਰ ਇਸਮੇ ਹਮਨੇ ਇਸਲੇ ਵੀ ਇਸਕੋ ਸੈਲੀਬ੍ਰੇਟ ਕੀਆ ਹੈ ਕਿਉਂਕਿ ਅਗਰ ਹਮ ਅਲੱਗ ਅਲੱਗ ਧਰਮੋਂ ਕੇ ਜੋ ਤਿਉਹਾਰ ਹੈ ਵੋ ਸਭ ਹਮ ਯਹਾਂ ਪਰ ਮਨਾਤੇ ਹੈ ਤਾਂ ਕਿ ਹਾਂ ਇੱਕ ਸੰਦੇਸ਼ ਪੂਰੇ ਸਮਾਜ ਕੇ ਲੀਏ ਜਾਏ ਕਿ ਭਾਈਚਾਰੇ ਕਾ ਜੋ ਸੰਦੇਸ਼ ਹੈ ਵੋ ਸਭ ਮੇ ਪਹੁੰਚ ਸਕੇ। ਇਸ ਲਈ ਹਮਨੇ ਯਹਾਂ ਪਰ ਅੱਜ ਕ੍ਰਿਸਮਸ ਸੈਲੀਬ੍ਰੇਟ ਕੀਆ ਹੈ ਔਰ ਇਹ ਹਮਾਰੇ ਲਈ ਬਹੁਤ ਹੀ ਖੁਸ਼ੀ ਕਾ ਤਿਉਹਾਰ ਹੈ ਔਰ ਇਸ ਕੇ ਸਾਥ ਸਾਥ ਹੀ ਹਮਨੇ ਛੋਟੇ ਬੱਚੋਂ ਕੋ ਜੋ ਜੀਜਸ ਕ੍ਰਾਈਸਟ ਕੇ ਬਾਰੇ ਮੇਂ ਵੀ ਥੋੜ੍ਹਾ ਸਾ ਬਤਾਇਆ ਹੈ ਕਿ ਉਹ ਇੱਕ ਉਧਾਰਕਰਤਾ ਮੁਕਤੀਦਾਤਾ ਕੇ ਰੂਪ ਮੇਂ ਉਨਕੋ ਜੋ ਈਸਾਈ ਸਮਾਜ ਹੈ ਉਸਕੋ ਉਨਕੋ ਮਾਨਤਾ ਹੈ। ਇਸ ਲਈ ਹਮਨੇ ਉਨਕੋ ਇਹ ਸੰਦੇਸ਼ ਦੇਣਾ ਥਾ ਔਰ ਮੇਰੀ ਤਰਫ ਸੇ ਔਰ ਡਾਕਟਰ ਏਵੀਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੀ ਤਰਫ ਸੇ ਆਪ ਸਭ ਕੋ ਵੀ ਬੜੇ ਦਿਨ ਕੀ ਯਾ ਕ੍ਰਿਸਮਸ ਕੀ ਬਹੁਤ ਬਹੁਤ ਵਧਾਈ ਔਰ ਸਾਥ ਮੇਂ ਨਯਾ ਸਾਲ ਜੋ ਆਨੇ ਵਾਲਾ ਹੈ ਵੋ ਵੀ ਹਮ ਸਭ ਕੇ ਲੀਏ ਖੁਸ਼ੀਓਂ ਭਰਾ।